ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਹੋਰ ਸੁਣਾਓ ਕਿੱਦਾਂ? ਆਪਾਂ ਗਏ ਸੀ ਵੀਡੀਓ ਬਣਾਉਣ, ਅਤੇ ਜਨਤਾ ਕਹਿੰਦੀ ਭੁੱਖ ਲੱਗੀ ਆ ਅਤੇ ਵੜ ਗਏ ਪੀਜ਼ਾ ਖਾਣ, ਅਤੇ ਆਪਾਂ ਨੂੰ ਤਾਂ ਭੁੱਖ ਹੈਗੀ ਨਹੀਂ, ਅਤੇ ਜੇ ਹੁਣ ਖਾ ਲਿਆ ਕੋ ਰਾਤ ਨੂੰ ਭੁੱਖ ਨਹੀਂ ਲੱਗਣੀ। ਇਹ ਕਰਕੇ ਮੈਂ ਕਿਹਾ ਤੁਸੀਂ ਖਾ ਪੀਓ, ਆਪਾਂ ਇੱਥੇ ਬਹਿੰਦੇ ਗੱਡੀ 'ਚ, ਨਿੱਘ ਲੱਗਾ ਅਤੇ ਘਰ ਜਾ ਕੇ ਨਾ ਕਹਿਣਾ ਸਾਨੂੰ ਭੁੱਖ ਹੈ ਨਹੀਂ। ਇਸ ਵੇਲੇ ਨਾਲੇ ਵੈਸੇ ਵੀ ਕੁਛ ਖਾ ਲਈਏ ਤਾਂ ਫਿਰ ਰਾਤ ਨੂੰ ਰੋਟੀ ਖਾਣ ਨੂੰ ਨਹੀਂ ਜੀ ਕਰਦਾ, ਅਤੇ ਰੋਟੀ ਤੁਹਾਨੂੰ ਪਤਾ ਰੋਟੀ ਹੈ, ਰੋਟੀ ਬਿਨਾਂ ਭੁੱਖ ਮਿਟਦੀ ਨਹੀਂ, ਅਤੇ ਰੋਟੀ ਬਿਨਾਂ ਸਬਰ ਨਹੀਂ ਆਉਂਦਾ। ਜੋ ਮਰਜ਼ੀ ਖਾ ਲਓ, ਜੋ ਰੋਟੀ ਹੈ ਰੋਟੀ ਹੈ। ਅਤੇ ਹੁਣ ਥੋੜ੍ਹਾ ਜਿਹਾ ਹਨੇਰਾ ਹੋ ਗਿਆ ਵਾ, ਤੁਹਾਨੂੰ ਸ਼ਕਲ ਵੀ ਕਾਲੀ ਜਿਹੀ ਦੇਖਦੀ ਹੋਣੀ ਮੇਰੀ, ਉੱਦਾਂ ਵੀ ਕਾਲੀ ਹੈ, ਉੱਦਾਂ ਕਿਹੜੀ ਚਿੱਟੀ ਹੈ ਵੈਸੇ। ਹੁਣ ਆਉਂਦੇ ਖਾ ਪੀ ਕੇ ਅਤੇ ਫਿਰ ਜਾਂਦੇ ਹਾਂ, ਇੱਥੇ ਮੈਂ ਉਡੀਕਣ ਡਿਆ ਇਹਨਾਂ ਨੂੰ, ਵੇਟ ਕਰਨ ਡਿਆ, ਅਤੇ ਟਾਈਮ ਵਾਹਵਾ ਹੋ ਗਿਆ ਵਾ, ਬੱਤੀ ਜਗਾ ਕੇ ਵੇਖ ਰਹੇ ਜਾਗੀ ਦੇ। ਨਹੀਂ ਜਗਦੀ ਬੱਤੀ, ਸੁੱਚ ਕੱਟਿਆ ਲੱਗਾ। ਹੋਰ ਵੇਖੋ ਹਨੇਰਾ ਹੋ ਗਿਆ ਵਾ, ਅਤੇ ਲੋਕ ਜਾਣ ਡੇ ਆਪੋ ਆਪਣੇ ਘਰਾਂ ਨੂੰ। ਜਿੱਦਾਂ ਇਹ ਵੇਲੇ ਪੰਛੀ ਆਲ੍ਹਣਿਆਂ ਨੂੰ ਮੁੜ ਜਾਂਦੇ ਆ, ਅਤੇ ਇਹ ਵੇਲੇ ਸਭ ਮੇਰੇ ਵੀਰ ਭਰਾ ਕੰਮਾਂ ਧੰਦਿਆਂ ਵਾਲੇ ਘਰਾਂ ਨੂੰ ਜਾਣ ਡੇ ਆ। ਸ਼ਾਮ ਹੋ ਚੁੱਕੀ ਹੈ, ਮੁੜਿਆ ਵੇ ਮੁੜਿਆ ਬੀਬਾ ਆਪਣੇ ਗਰਾਂ ਨੂੰ। ਠੰਡ ਵੀ ਬਹੁਤ ਆ, ਅਤੇ ਲੋਕ ਕਰਨ ਵੀ ਕੀ। ਸੋਹਣੀਆਂ ਚਣਾਂ ਦੇ ਕੰਢੇ ਕਿਉਂ ਪਈ ਸੋਚ ਵਿਚਾਰ, ਅੱਜ ਮਾਹੀ ਨੂੰ ਮੈਂ ਕੀ ਕਣ ਮਿਲਸਾ, ਦਰਿਆ ਪਿਆ ਠਾਂ ਠਾਂ ਮਾਰੇ, ਇੱਕ ਰਾਤ ਹਨੇਰੀ ਦੂਜੀ ਤਾਂਘ ਮਿਲਣ ਦੀ, ਉਹ ਤੀਜਾ ਬਿਜਲੀ ਦੇ ਚਮਕਾਰੇ, ਉਹ ਕੰਢੇ ਉੱਤੇ ਮੈਰ ਮਾਵੇ ਆ ਜਾਂ ਕਦੋਂ ਦੀ ਖੜੀ, ਉਹ ਕੰਢੇ ਉੱਤੇ ਮੈਰ ਮਾਵੇ ਆ ਜਾਂ ਕਦੋਂ ਦੀ ਖੜੀ, ਦਿਲ ਵਿੱਚ ਸ਼ੌਂਕ ਮਿਲਣ ਦਾ, ਦਿਲ ਵਿੱਚ ਸ਼ੌਂਕ ਮਿਲਣ ਦਾ, ਹੁਣ ਲੱਗੀ ਇਸ਼ਕ ਦੀ ਚੜੀ ਚੜੀ ਵੇ ਆ ਜਾ ਕੰਢੇ ਉੱਤੇ ਮਹਿਰ ਮਾਵੇ ਆ ਜਾ ਕਦੋਂ ਦੀ ਖੜੀ, ਘੜਿਆ ਦਿਲ ਮੇਰਾ ਚਾਵੇ ਮਾਹੀ ਵੇਖ ਲਵਾਂ ਅੱਜ, ਵੇ ਮੈਂ ਵੇਖ ਲਵਾਂ ਮਾਹੀ ਤੇ ਕਬੂਲ ਹੋ ਜੇ ਹੱਜ, ਜੇ ਮੈਂ ਵੇਖ ਲਵਾਂ ਮਾਹੀ ਤੇ ਕਬੂਲ ਹੋ ਜੇ ਹੱਜ, ਉਹਨੂੰ ਡੋਬ ਕੋਈ ਨਹੀਂ ਸਕਦਾ, ਉਹਨੂੰ ਡੋਬ ਕੋਈ ਨਹੀਂ ਸਕਦਾ, ਜਿਹਦੀ ਮੀਰਾ ਬਾਂ ਫੜੀ ਫੜੀ ਵੇ ਕੰਢੇ ਉੱਤੇ ਮੈਰ ਮਾਵੇ ਆ ਜਾ ਕਦੋਂ ਦੀ ਖੜੀ, ਕੰਢੇ ਉੱਤੇ ਮੈਰ ਮਾਵੇ ਆ ਜਾ ਕਦੋਂ ਦੀ ਖੜੀ। ਆ ਗਏ ਪੀਜ਼ਾ ਖਾ ਖੂ ਕੇ, ਘੰਟਾ ਡੇਢ ਘੰਟਾ ਲਾਇਆ ਇਹਨਾਂ ਨੇ,
ਹੋਰ ਕੀ ਆ ਕਿੰਨੇ ਖਾ ਕੇ ਆਈ ਆ ਚਾਰ ਸਲਾਈਸ ਜੇ ਪੂਰਾ ਪੀਜ਼ਾ ਖਾ ਗਈ ਤੂੰ ਇਹ ਸੱਚੀ ਗੱਲ ਸਾਰ ਚਾਰ ਖਾਦੇ ਜਦੀ ਜਿਆਦਾ ਖਾ ਲਏ ਗੁਰਵਰ ਤੂੰ ਕਿੰਨੇ ਖਾਦੇ ਇੱਕ ਅੱਧਾ ਗੁਰਵਰ ਨੇ ਕੋਈ ਵੀ ਨਹੀਂ ਸਤਾਇਆ ਹੀ ਹਾਂ ਨੀਲਾ ਕਾਟਾ ਨੀਲਾ ਇਟਲੀ ਤੋਂ ਫਰੈਂਡ ਹੈ ਇਹ ਨਾ ਹਾਂ ਫਿਰ ਪਾਰਟੀ ਹੋ ਗਈ ਇਟਲੀ ਵਾਲੀ ਸੀ ਹਾਂ ਆ ਫੈਮ ਜਿਹੜੀ ਫੈਮਿਲੀ ਸਾਰੀ ਹਾਂਜੀ ਅੱਛਾ ਨਹੀਂ ਜਿਹੜੇ ਦੂਜੇ ਆ ਚੁਣੇ ਹੈਗੇ ਹਾਂ ਇੱਕ ਤੇ ਗੋਪੀ ਆ ਇੱਕ ਕਰ ਨਹੀਂ ਆ ਫੈਮਿਲੀ ਇਟਲੀ ਤੋਂ ਆਈ ਆ ਹਾਂਜੀ ਮੇਰੇ ਹਾਂ ਅੱਛਾ ਅੱਛਾ ਠੀਕ ਚਲੋ ਵਧੀਆ ਇੱਕ ਵੱਡੀ ਲਾਈਫ ਵਿੱਚ ਮਨਜੋਤ ਦੇ ਚੇਲੇ ਆ ਕਬੱਡੀ ਲਾਈਫ ਆਹ ਪੰਜਾਬੀ ਲਾਈਫ ਚ ਨਹੀਂ ਇੱਕ ਵੱਡੀ ਲਾਈਫ ਕਬੱਡੀ ਲਾਈਫ ਚ ਮਨਜੋਤ ਸਿੰਘ ਦੇ ਚੇਲੇ ਜਿਨ੍ਹਾਂ ਨੂੰ ਇਹਨੇ ਕਬੱਡੀ ਸਿਖਾਈ ਅਤੇ ਤੁਹਾਨੂੰ ਪਤਾ ਫਿਰ ਇੱਜ਼ਤ ਕਰਦੇ ਅਗਲੇ ਪੂਰੀ ਹੈਂ ਹੋਰ ਤੇਰੇ ਨਾਲ ਨਾਲ ਇਹਦੀ ਵੀ ਸਾਨੂੰ ਕੌਣ ਪੁੱਛਦਾ ਹੀ ਉਹਨਾਂ ਹੁਣ ਜਿੱਦਾਂ ਤੁਹਾਡੇ ਕਰਕੇ ਮੈਨੂੰ ਜਾਣ ਲੋਕ ਜਾਣਨ ਡਰ ਪੈਂਦੇ ਲੋਹੜੀ ਦਿਨ ਦੀ ਗੱਲ ਹੀ ਲੋਹੜੀ ਤੇ ਸਮਾਨ ਲੈਣਾ ਸੀ ਇਹਨਾਂ ਕੋਲ ਬਹੁਤ ਹੀ ਸਲੋ ਘੱਟ ਹੀ ਲੱਭੀ ਇੰਨੀ ਸਲੋ ਸਰਵਿਸ ਇਹਨਾਂ ਦੀ ਉੱਠਣਾ ਹੀ ਆ ਜਦੋਂ ਇੰਨਾ ਟਾਈਮ ਲਾਉਣਾ ਫਿਰ ਲੋਕਾਂ ਇੰਨਾ ਟਾਈਮ ਥੋੜੀ ਹੁੰਦਾ ਆਪੇ ਚੁੱਕ ਲਈਆਂ ਇਹ ਸਹੀ ਹੁੰਦੀਆਂ ਨਾ ਲੂਣ ਨਾ ਮਿਰਚ ਤੇ ਫਿੱਕੀਆਂ ਖਾਣ ਡਿਆ ਹੀ ਓਏ ਇਹਨੂੰ ਸਵਾਦ ਆਦੀਆਂ ਫਿੱਕੀਆਂ ਦੀਆਂ ਮੈਂ ਤੇ ਆਪ ਆ ਸਬਜ਼ੀ ਦਾਲ ਚ ਪਾ ਕੇ ਬੜੀਆਂ ਖਾਣਾ ਹੁੰਦਾ ਮੈਂ ਹਾਂ ਤੇ ਮੈਂ ਆ ਫਿਰ ਇਹਦੇ ਲਈ ਇਹ ਲਾਇਆ ਕਰਾਂਗੇ ਚੀਜੀ ਸਾਨੂੰ ਪਤਾ ਲੱਗ ਗਿਆ ਅੱਜ ਵੀ ਇਹ ਖਾਂਦਾ ਇਹ ਵਧੀਆ ਲੱਗਦੀ ਹੈ ਦਾਲ ਚ ਪਾ ਕੇ ਬੜੀ ਸਵਾਦ ਲੱਗਦੀ ਹੈ ਬੂੰਦੀ ਜੀ ਉੱਥੇ ਬੜਾ ਸਤਾ ਆਂਦਾ ਹੈ ਉਹ ਮੂੰਹ ਪੰਨਾ ਮੇਰਾ ਆ ਘੜੀ ਕੇ ਪਿੱਛੇ ਟੂੰ ਟੂੰ ਕੌਣ ਕਰਾਉਣ ਡਿਆ ਸੀ ਇਹ ਹੋਈ ਸੌ ਗਿਆ ਫਿਰ ਨਹੀਂ ਬਸ ਸੌ ਗਿਆ ਕਿ ਨਹੀਂ ਨੀਂਦ ਆ ਗਈ ਇਹਨੂੰ ਪੂਰੀ ਨੀਂਦ ਆਈ ਇਹਨੂੰ ਨੀਂਦ ਆ ਗਈ ਨੀਨੀ ਆਈ ਸਵਾਲ ਦੇ ਹੋਣੇ ਮੈਨੂੰ ਤੇ ਲੱਗਦਾ ਆ ਵੀ ਖਾ ਕੇ ਆ ਵੀ ਜਾਣੀ ਵਾਲੀ ਇਹ ਵੀ ਜਾਣੀ ਵਾਲੀ ਇਹ ਵੀ ਡੈ ਵੀ ਮੂੰਹ ਅੱਡਣ ਲੜਾਈ ਪਾ ਲਈ ਗੈਰੀ ਨੂੰ ਘਰ ਲੈ ਕੇ ਜਾਣਾ ਹੈ ਅੱਛਾ
ਕਟਿੰਗ ਕਟਿੰਗ ਵਾਲੇ ਨਾ ਵੀ ਨਵੇਂ ਟੋਨੀ ਤਾਂ ਗੋਪੀ ਚਾਚੂ ਨੇ ਵੀ ਟੋਪੀ ਪਾਈ ਦਿੱਤੀ ਸੀ ਨਹੀਂ ਤੂੰ ਨੀ ਸੋਣਾ ਤੂੰ ਘਰ ਜਾ ਕੇ ਸੋਈ ਤੈਨੂੰ ਚੁੱਕਣਾ ਬੜਾ ਔਖਾ ਹੁੰਦਾ ਮੁੜ ਕੇ ਪਾਪਾ ਚੁੱਕਦੇ ਇਹਨੂੰ ਜਾ ਕੇ ਰੋਟੀ ਖਵਾਉਣੀ ਹੈ ਸੰਦੀ ਨੂੰ ਅਜੇ ਕਿੰਨੇ ਗਿਆ ਕਿੰਨੇ ਕੀ ਗਿਆ ਫਿਰ ਉਲਟੀ ਉਲਟੀ ਕਰਨ ਲੱਗਦਾ ਮੈਨੂੰ ਅੱਛਾ ਜੇ ਰੋਟੀ ਖਾਏਂਗੇ ਤੇ ਫੇਰ ਗਾਂ ਤੋਂ ਪੀਜ਼ਾ ਸ਼ੀਜ਼ਾ ਮਿਲਣਾ ਹੀ ਨਾ ਇਹ ਕੰਮ ਝੂਠਾ ਜੇ ਘੱਟ ਤੋਂ ਘੱਟ ਦੋ ਰੋਟੀਆਂ ਖਾਣੀਆਂ ਪੈਣੀਆਂ ਜਾ ਕੇ ਆਏ ਇੱਕ ਬੁਰਕੀ ਖਾ ਲਓ ਵੀ ਇੱਡੀ ਹੂੰ ਤੇ ਉਹ ਸ਼ੇਕ ਇੰਨਾ ਕਿ ਨਹੀਂ ਪੀਤਾ ਜਾਣ ਡਿਆ ਹੀ ਨਾ ਕੋਗ ਪੀਤੀ ਗਈ ਮੈਂ ਰੋਟੀ ਖਾਇਆ ਕਰ ਪੀਜੇ ਪੂਜੇ ਭਾਏ ਘੱਟ ਖਾ ਲਿਆ ਕਰ ਆ ਬੜੇ ਚਿਰ ਜੇ ਮੋਟੀ ਹੋਣਾ ਹੀ ਨਹੀਂ ਯਾਰ ਇਹਦੇ ਪੀਜੇ ਦਾ ਇੱਕ ਸਲਾਈਸ ਖਾਓ ਤੇ ਆਪਣੀ ਜ਼ਿੰਦਗੀ ਦੇ 10 ਮਿੰਟ ਘਟਦੇ ਆ ਜੇ ਆਪਾਂ ਪੂਰਾ ਇੱਕ ਪੀਜ਼ਾ ਖਾ ਦਿੰਨੇ ਆ ਤੇ 1 ਘੰਟਾ ਘਟ ਜਾਂਦਾ ਵਾ ਹੂੰ ਤੇ ਫੇਰ ਨਹੀਂ ਹਟਦੀ ਇਹ ਖਾਣਾ ਤੇ ਨਾਲੇ ਖਾਂਦੀ ਨਾਲੇ ਖਵਾ ਦਿੰਦੀ ਆ ਤੇ ਕਿੰਨੇ ਮਿੰਟ ਘਟਾ ਲਏ ਹੁਣ ਇਹਨੇ ਹੁਣ ਤੱਕ ਕਿੰਨੇ ਪੀਜ਼ੇ ਖਾੜੇ 4-5 ਘੰਟੇ ਤੱਕ पर हुण फिलहाल हुण ਫਿਲਹਾਲ ਹੁਣ ਜਾਣ ਵਾਲੀ ਆ ਪੀਜ਼ਾ ਅਸਰ ਕਰ ਗਿਆ ਨੂੰ ਡਿੱਗਣ ਦੀ ਸੀਟ ਦੇ ਉੱਤੇ ਹੁਣ ਜਾਣਾ ਇੰਨੇ 12 ਘੰਟੇ ਮਾਸੀ ਉੱਤੇ ਗੁਰੂ ਰਾਣੀ ਨਹੀਂ ਕਰੀ ਜਾਵੇ ਆ ਸੌਂ ਗਿਆ ਸੌਣ ਲੈਂਦੋ ਯਾਰ ਸੌਣ ਦੇ ਦਿੰਦੇ ਹੋਰ ਸੌਂ ਗਿਆ ਮੁੜ ਕੇ ਨਾ ਉੱਠ ਪੈਣਾ ਟਾਈਮ ਨਾਲ ਨਹੀਂ ਹੁਣ ਸੁੱਤਾ ਰਹਿਣਾ ਸਵੇਰੇ ਹੀ ਸੁੱਤੇ ਉੱਠ ਪੈਂਦਾ ਵਾ ਜਾਣ ਬਹੁਤ ਦੁਖੀ ਕਰਦਾ ਸਵੇਰੇ ਉੱਠ ਕੇ ਹੂੰ ਉਹ ਮੈਨੂੰ ਪਤਾ ਮੈਂ ਕਿਦਾਂ ਇਹਨੂੰ 9-10 ਵਜੇ ਤੱਕ ਅੰਦਰ ਦਾ ਮਸਤ ਮੌਲਾ ਕਿੰਨੇ ਜਾਣੇ ਸਾਡਾ ਬੂਹਾ ਖੜਕਾ ਕੇ ਜਾਂਦੇ ਸਵੇਰੇ